ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ نیوز ਟੀਵੀ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਹੁਣੇ-ਹੁਣੇ ਸਾਬਕਾ ਮੁੱਖ ਮੰਤਰੀ ਬਾਰੇ ਆਈ ਮਾੜੀ ਖਬਰ ਅਚਾਨਕ ਪਿਆ ਦਿਲ ਦਾ ਦੌਰਾ ਹੋ ਰਹੀਆਂ ਅਰਦਾਸਾਂ ਤਾਜ਼ਾ ਵੱਡੀ ਖਬਰ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਐਂਡ ਸ਼ੇਅਰ ਵੀ ਕਰ ਦੇਣਾ ਤੇ ਜਿਨ੍ਹਾਂ ਨੇ ਆਨਲਾਈਨ ਸ਼ਾਪਿੰਗ ਕਰਨੀ ਹੈ ਲਿੰਕ ਡਿਸਕ੍ਰਿਪਸ਼ਨ ਜਿੱਥੋਂ ਆਨਲਾਈਨ ਸ਼ਾਪਿੰਗ ਕਰ ਸਕਦੇ ਹਾਂ ਦੇਸ਼ ਅੰਦਰ ਇਕ ਤੋਂ ਬਾਅਦ ਇੱਕ ਮੁਸੀਬਤਾਂ ਦਾਣਾ ਲਗਾਤਾਰ ਜਾਰੀ ਹੈ ਜਿੱਥੇ ਵੱਖ-ਵੱਖ ਖੇਤਰੀਆਂ ਬੋਰਸਾ ਸੰਸ਼ਕਸ਼ੀਤਾ ਪ੍ਰਭਾਵਿਤ ਹੋ ਰਹੀਆਂ ਨੇ ਜਿਸ ਤੇ ਇਸ ਸਾਲ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਬਹੁਤ ਸਾਰੇ ਕਰੋਨਾ ਦੀਆਂ ਚਪੇਟਾਂ ਚਸਤੀਆਂ ਆ ਚੁੱਕੀਆਂ ਨੇ ਉੱਤੇ ਬਹੁਤ ਸਾਰੇ ਲੋਕ ਸੜਖਾਸੇ ਬਿਮਾਰੀਆਂ ਤੇ ਕਈ ਹੋਰ ਹਾਲ ਸੰਧ ਸ਼ਿਕਾਰ ਹੋ ਜਾਂਦੇ ਨੇ ਹੁਣ ਸਾਬਕਾ ਮੁੱਖ ਮੰਤਰੀ ਬੜੀ ਆਈ ਮਾੜੀ ਖਬਰ ਜਿੱਥੇ ਔਣਾੜਾ ਅਚਾਨਕ ਦਿਲ ਦਾ ਦੌਰਾ ਪੈ ਗਿਆ ਤੇ ਉਹਨਾਂ ਵਾਸਤੇ ਅਰਦਾਸਾਂ ਕਿਤਾਂ ਜਾ ਰਹੀਆਂ ਹਨ ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਦੇ ਪੂਮੀ ਹਿਮਾਚਲ ਪ੍ਰਦੇਸ਼ ਤੋਂ ਸਾਹਮਣੇ ਆਈ ਜਿੱਥੇ ਮਾਚਲ ਪ੍ਰਦੇਸ਼ ਦੇ ਸਥਾਪਕ ਮੁੱਖ ਮੰਤਰੀ ਅਤੇ 6 ਵਾਰ ਮੁੱਖ ਮੰਤਰੀ ਰਹੇ ਚਕੇ ਕਾਂਗਰਸ ਦੇ ਦਿਗਜ ਨੇਤਾ ਵੀਰਪੱਤਰ ਸਿੰਘ ਨੂੰ ਦਿਲ ਦਾ ਦੌਰਾ ਪੈਣ ਦੀ ਖਬਰ ਸਾਹਮਣੇ ਆਈ ਹੈ ਜਿਸ ਕਾਰਨ ਉਹ ਹਸਪਤਾਲ ਚ ਦਾਖਲ ਕਰਵਾਇਆ ਗਿਆ ਇਸ ਸਮੇਂ ਸ਼ਿਮਲੇ ਦੇ ਆਈ ਜੀ ਐਮ ਸੀ ਹਸਪਤਾਲ ਚ ਜੇਰੇ ਲਾਚਣ ਅਤੇ ਉਹਨਾਂ ਨੂੰ ਵੈਂਟੀਲੇਟਰ ਉੱਪਰ ਰੱਖਿਆ ਗਿਆ ਉਹਨਾਂ ਦੀ ਹਾਲਤ ਕਾਫੀ ਗੰਭੀਰ ਦਿਸਦੀ ਜਾ ਰਹੀ ਹੈ ਇਸ ਤੋਂ ਪਹਿਲਾਂ ਕਰੋਨਾ ਦੇ ਚਪੇੜ ਚ ਆ ਚੁੱਕੇ ਸਨ ਉਹਨਾਂ ਨੂੰ 13 April ਨੂੰ ਕਰੋਨਾ ਪੀੜ ਤੋਂ ਹੋਂ ਦੀ ਪੁਸ਼ਟੀ ਕੀਤੀ ਗਈ ਸੀ ਜਿਸ ਕਾਰਨ ਨੇ ਹਮਾਲੀ ਦੇ ਹਸਪਤਾਲ ਚ ਜੇਰੇ ਲਾਜ਼ੀ ਆਖਿਆ ਗਿਆ ਜਿੱਥੇ ਠੀਕ ਹੋਣ ਉਪਰੰਤ ਉਹਨਾਂ ਨੂੰ 13 April ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਸੀ 11 June ਨੂੰ ਫਿਰ ਕਰੋਨਾ ਦੇ ਪ੍ਰਭਾਵ ਚ ਆ ਗਏ ਸਨ ਅਤੇ ਉਹਨਾਂ ਸਿਹਤ ਉੱਪਰ ਡਾਕਟਰਾਂ ਵੱਲੋਂ ਪੂਰੀ ਨਜ਼ਰ ਰੱਖੀ ਗਈ ਪਰ ਹੁਣ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਆਈ ਸੀ ਵਿੱਚ ਰੱਖਿਆ ਜਾ ਰਿਹਾ ਹੈ ਜਿੱਥੇ ਉਹਨਾਂ ਦੀ ਹਾਲਤ ਕਾਫੀ ਨਾਜ਼ੁਕ ਦੱਸੀ ਜਾ ਰਹੀ ਹੈ ਹੋਣਾ ਦੇ ਪਰ ਸੰਸ਼ਕਾ ਬਲੌਣ ਜਲਦੀ ਸਿਹਤ ਇਹ ਆਬ ਹੋਉਂਦੀ ਅਰਦਾਸਾਂ ਕਿਤਾਂ ਜਾ ਰਹੀਆਂ ਨੇ ਖਬਰ ਨੂੰ ਆ ਸਕਦੇ